ਆਪੇ ਰਾਹ ਮਿਲ ਜਾਂਦੇ ਨੇ। ਸਾਡੇ ਪ੍ਰੈਸ ਰਿਪੋਰਟਰ ਸਾਹਿਬ ਕੁਲ ਕਸ਼ੀ ਫਰਮਾਨ ਹੈ, ਸਾਡੀ ਪਾਰਟੀ ਵੱਲੋਂ ਭਰਮਾ ਸਵਾਗਤ ਹੈ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਅਖਬਾਰਾਂ ਦੇ ਵਿੱਚ ਲੈ ਕੇ ਆਉਣਾ ਹੈ, ਉਹਨਾਂ ਵਾਸਤੇ ਵੀ ਕਿਤਾੜੀ ਵਜਾ ਦਿਓ ਤਕੜੇ ਹੋ ਕੇ ਜੇ। ਹਲੇ ਹਲੇ ਇਹ ਫਕੀਰ ਲੋਕ ਕਿਸੇ ਨੂੰ ਐਵੇਂ ਨਹੀਂ ਗਾਲਾਂ ਕੱਢਦੇ, ਇਹ ਫਕੀਰ ਲੋਕ ਕਿਸੇ ਨੂੰ ਐਵੇਂ ਨਹੀਂ ਗਾਲਾਂ ਕੱਢਦੇ, ਜਿਹਨੂੰ ਤਾਰਨਾ ਹੁੰਦਾ ਹੈ ਉਹਨੂੰ ਹੀ ਗਾਲਾਂ ਕੱਢਦੇ ਨੇ। ਇੱਕ ਤਾੜੀ ਵਜਾ ਦੇ ਜਿਹੜਾ ਫਕੀਰਾਂ ਦੇ ਵਾਸਤੇ ਨਾ, ਬੜੀਆਂ ਦੇ ਵਾਸਤੇ, ਜਿਹੜੀਆਂ ਗਾਲਾਂ ਸਾਹਿਬ ਭਾਜੀ ਸਾਹਿਬ ਦੇ ਦਿਲ ਤੋਂ ਪਈਆਂ ਸੀ, ਮਸਤਾਂ ਦੇ ਦਿਲ ਤੋਂ ਪਈਆਂ ਸੀ, ਆਪਣਾ ਸਾਂਝੀਆਂ ਕਰ ਰਹੇ ਸੀ। ਕਿਹਨੇ ਗਾਲਾਂ ਕੱਢੀਆਂ ਸੀ, ਕਿਉਂ ਕੱਢੀਆਂ ਸੀ, ਔਰ ਕਿਹੜੇ ਵੇਲੇ ਕੱਢੀਆਂ ਸੀ, ਔਰ ਜਿਹਨਾਂ ਨੂੰ ਅੱਜ ਵੀ ਆਪਣੇ ਮਾਂ ਪਿਓ ਤੋਂ ਗਾਲਾਂ ਪੈਂਦੀਆਂ, ਜਿਹੜਾ ਹੱਥ ਖੜੇ ਕਰੋ, ਜਿਹੜਾ ਜਿਹਨਾਂ ਨੂੰ ਮਾਂ ਪਿਓ ਤੋਂ ਗਾਲਾਂ ਪੈਂਦੀਆਂ, ਰੋਜ਼ ਪੈਂਦੀਆਂ, ਇੱਕ ਤਾੜੀ ਜਿਹੜਾ ਮਾਂ ਪਿਓ ਵਾਸਤੇ ਵਜਾ ਦਿਓ। ਮਾਂ ਪਿਓ ਦੀਆਂ ਗਾਲਾਂ ਘਿਓ ਦੀਆਂ ਲਾਲਾਂ, ਪਰ ਜਿਹਨਾਂ ਗਾਲਾਂ ਦੀ ਮੈਂ ਗੱਲ ਕਰ ਰਿਹਾ, ਇੱਕ ਫਕੀਰ ਦੀਆਂ ਗਾਲਾਂ ਨੇ ਕੁਲਾ ਤਾਰ ਦਿੰਦੀਆਂ ਨੇ, ਹਾਲੇ ਥੋੜ੍ਹੇ ਦਿਨ ਹੋਏ ਨੇ, ਥੋੜ੍ਹੇ ਦਿਨ ਪਹਿਲਾਂ ਹੀ ਪਈਆਂ ਨੇ, ਅਤੇ ਨਾਲ ਡੰਡੇ ਵੀ ਪਏ। ਫਕੀਰਾਂ ਦੀ ਰਹਿਮਤ ਤਾਂ ਮੌਜ ਆ ਉਹਨਾਂ ਦੀ, ਆਪਣੇ ਰੰਗ 'ਚ ਰੰਗੇ ਰਹਿੰਦੇ ਨੇ ਜੀ। ਸਾਈਂ ਜੀ ਇੱਕ ਯਾਰ ਦੀ ਖਾਤਿਰ ਦੁਨੀਆ ਨੂੰ ਬਸ ਦਿਲ ਚ ਭੁਲਾਉਣਾ ਪੈਂਦਾ, ਫਿਰ ਆਪੇ ਹੀ ਰੱਬ ਮੰਨ ਜਾਂਦਾ। ਪਹਿਲਾਂ ਯਾਰ ਮਨਾਉਣਾ ਪੈਂਦਾ, ਉਹ ਗੱਲ ਮੰਨਣੀ ਪੈਂਦੀ ਸੱਜਣਾ ਦੀ, ਇਨਕਾਰ ਕਦੇ ਨਹੀਂ ਹੋ ਸਕਦਾ। ਘਰ ਬਾਹਰ ਲਟਾਉਣਾ ਪੈਂਦਾ, ਤੇ ਘਰ ਬਾਹਰ ਲਟਾਉਣਾ, ਉਹ ਬੜੀ ਮੁਸ਼ਕਿਲ ਦੇ ਨਾਲ ਬਣਦੀ ਏ, ਬਣਦੀ ਏ ਬਾਤ ਫਕੀਰੀ ਦੀ, ਇਹ ਜਾਣੇ ਆਪ ਖੁਦਾ ਮੇਰਾ, ਉਹ ਕਿੰਝ ਮਿਲਦੀ ਤਾਂ ਫਕੀਰੀ। ਜਦੋਂ ਫਕੀਰਾਂ ਦੇ ਦਰਬਾਰ ਤੋਂ ਗਾਲਾਂ ਖਾ ਕੇ ਦਰਬਾਰ ਤੋਂ ਬਾਹਰ ਆਏ ਹਾਂ, ਸਾਡੇ ਉਸਤਾਦ ਲੋਕ ਸੁਰਜੀਤ ਚਾਂਸਾ ਵਾਲੇ ਜੀ ਮੇਰੇ ਨਾਮ ਸੀ, ਮੈਂ ਕਿਹਾ ਉਸਤਾਦ ਜੀ ਅੱਜ ਬੜੀਆਂ ਗਾਲਾਂ ਪਈਆਂ ਮਸਤਾਂ ਕੋਲੋਂ, ਕੀ ਗੱਲ ਹੈ? ਮੈਨੂੰ ਕਹਿਣ ਲੱਗੇ ਵੀ ਤੈਨੂੰ ਨਹੀਂ ਪਤਾ ਗਾਲਾਂ ਕਿਉਂ ਪਈਆਂ, ਮੈਂ ਕਿਹਾ ਨਹੀਂ ਉਸਤਾਦ ਜੀ। ਕਹਿੰਦੇ ਅੱਜ ਤੋਂ ਸਾਡੇ ਦਿਨ ਬਦਲਣ ਵਾਲੇ ਆ, ਉਹ ਤਾਂ ਗਾਲਾਂ ਪਈਆਂ ਸਾਈਆਂ ਕੋਲੋਂ, ਸਾਰਿਆਂ ਨੂੰ ਥੋੜ੍ਹੀ ਕੱਢਦੇ ਆ, ਇਹ ਤਾੜੀ ਵਜਾ ਦੇ ਜਿਹੜਾ ਫਕੀਰਾਂ ਦੇ ਨਾਲ। ਮੈਨੂੰ ਕੱਢੀਆਂ ਫਕੀਰ ਨੇ ਗਾਲਾਂ, ਗਾਲਾਂ ਮੈਨੂੰ ਤਾਰ ਗਈਆਂ, ਮੈਂ ਰਮਾ।
ਕਿਸੇ ਨੂੰ ਕੁਛ ਤਾਰ ਜਾਂਦਾ ਕਿਸੇ ਨੂੰ ਕੁਛ ਤਾਰ ਜਾਂਦਾ ਪਰ ਸਾਨੂੰ ਤਾਂ ਸਾਈਆਂ ਦੀਆਂ ਮਾਲਾ ਹੀ ਤਾਰ ਗਈਆਂ ਇਹ ਮੇਰੇ ਗੁਰੂਆਂ ਦੀ ਨਿਸ਼ਾਨੀ ਮੇਰੇ ਸਾਈਆਂ ਦੀ ਨਿਸ਼ਾਨੀ ਹੈ ਤੂੰ ਮਾਲਾ ਉਹਦੇ ਤਾਂ ਬੰਗਲੀਆਂ ਮਿਲੀਆਂ ਜੈਕਾਰਾ ਸੱਚੀਆਂ ਦਰਬਾਰਾਂ ਦਾ ਸੱਚੇ ਦਰਬਾਰ ਕੀ ਕਹੇ।